ਬੜੀਆਂ ਵਧੀਆ ਜੀਆਂ ਸਮਾਤਾਂ ਰੱਖਣ ਵਾਲਿਆਂ ਤੇ ਦੋਸਤਾਂ ਭਰਾਵਾਂ ਮਿੱਤਰਾਂ ਨੂੰ ਖਲੂਸ ਭਰਿਆ ਸਲਾਮ, ਸਤਿ ਸ਼੍ਰੀ ਅਕਾਲ ਤੇ ਨਮਸਤੇ। ਦੋਸਤੋ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਸੁੱਚੀਆਂ ਗੱਲਾਂ ਤੇ ਮੈਂ ਤੁਹਾਡਾ ਮੇਜ਼ਬਾਨ ਸਰਦਾਰ ਹੈਦਰ ਅਲੀ। ਅੱਜ ਅਸੀਂ ਗੱਲ ਕਰਾਂਗੇ ਗੁਰੂਦੇਵ ਸਰਕਾਰ, ਬਾਬਾ ਗੁਰੂ ਨਾਨਕ ਸਰਕਾਰ ਨਾਲ। ਗੱਲ ਇੰਝੇ, ਮੈਂ ਕੀ ਦੱਸਾਂ ਤੈਨੂੰ ਬਾਬਾ, ਕਿ ਪਿੰਡ ਦੇ ਮੌਸਮਾਂ ਉੱਤੇ ਖਜ਼ਾਵਾਂ ਨੇ ਹੁਕਮਰਾਨੀ ਜਦੋਂ ਦੀ ਕਰ ਲਈ ਏ, ਮੁਹੱਬਤ ਮਰ ਗਈ ਏ। ਕਿਸੇ ਵੀ ਜੀਵ ਦੇ ਉੱਤੇ ਨਹੀਂ ਖਿੜਦੇ ਪਿਆਰ ਦੇ ਅੱਖਰ, ਹੋਰੇ ਕੀ ਚੱਲ ਗਿਆ ਇਹ ਚੱਕਰ। ਮੈਂ ਕੀ ਦੱਸਾਂ ਤੈਨੂੰ ਬਾਬਾ, ਕਿ ਪਿੰਡ ਦੇ ਬੋਰਡ ਦੇ ਉੱਤੇ ਜਿਹੜੀ ਘੁੱਗੀ ਅਮਨ ਦੇ ਗੀਤ ਗਾਉਂਦੀ ਸੀ, ਵਤਨ ਦੇ ਗੀਤ ਗਾਉਂਦੀ ਸੀ, ਬੜਾ ਹੀ ਮੁਸਕੁਰਾਉਂਦੀ ਸੀ, ਵਿਚਾਰੀ ਖੁਆਬ ਹੋ ਗਈ ਏ। ਮੈਂ ਕੀ ਦੱਸਾਂ ਤੈਨੂੰ ਬਾਬਾ, ਕਿਸੇ ਨੇ ਬੋਰਡ ਨੂੰ ਮੁੱਢੋਂ ਹੀ ਪੱਟ ਕੇ ਵੇਚ ਛੱਡਿਆ ਏ, ਅਮਨ ਦੇ ਮਾਰ ਕੇ ਗੋਲੇ ਅਤੇ ਪਿੰਡੋਂ ਬਾਹਰ ਕੱਢਿਆ ਏ, ਅਤੇ ਉਹ ਘੁੱਗੀ ਵਿਚਾਰੀ ਜੋ ਅਮਨ ਦੇ ਗੀਤ ਗਾਉਂਦੀ ਸੀ, ਵਤਨ ਦੇ ਗੀਤ ਗਾਉਂਦੀ ਸੀ, ਬੜਾ ਹੀ ਮੁਸਕੁਰਾਉਂਦੀ ਸੀ, ਉਹਦੇ ਵੀ ਮਾਰ ਕੇ ਛਰਲਾ ਅਤੇ ਉਹਦਾ ਖੂਨ ਪੀਤਾ ਏ। ਮੈਂ ਕੀ ਦੱਸਾਂ ਤੈਨੂੰ ਬਾਬਾ, ਕਿ ਤੇਰੇ ਪਿੰਡ ਦੇ ਲੋਕ ਮੁਹੱਬਤ ਅਤੇ ਅਮਨ ਦੇ ਕਾਤਲਾਂ ਦੇ ਨਾਲ ਰਲ ਗਏ ਨੇ। ਮੈਂ ਕੀ ਦੱਸਾਂ ਤੈਨੂੰ ਬਾਬਾ, ਕਿ ਪਿੰਡ ਵਿੱਚ ਰੋਜ਼ ਰਾਤਾਂ ਨੂੰ ਮੁਹੱਬਤ ਅਤੇ ਅਮਨ ਦੋਹਾਂ ਦੀਆਂ ਰੂਹਾਂ ਜਦੋਂ ਚੀਕਣ, ਉਦੋਂ ਸਭ ਰੁੱਖ ਅਤੇ ਪੰਛੀ ਬੜੇ ਹੀ ਵਹਿਨ ਕਰਦੇ ਨੇ, ਮਗਰ ਬਾਬਾ ਤੇਰੇ ਇਸ ਪਿੰਡ ਦੇ ਲੋਕ ਇਹਨਾਂ ਨੂੰ ਅਣਸੁਣਾ ਕਰਕੇ ਅਤੇ ਗੂੜੀ ਨੀਂਦ ਸੌਂਦੇ ਨੇ। ਮੈਂ ਕੀ ਦੱਸਾਂ ਤੈਨੂੰ ਬਾਬਾ, ਤੇਰੇ ਇਸ ਪਿੰਡ ਦੇ ਲੋਕਾਂ ਤੇਰੇ ਅਫਕਾਰ ਨੂੰ ਨਫ਼ਰਤ ਦੀ ਸੂਲੀ ਚਾੜ ਦਿੱਤਾ ਏ, ਮੁਹੱਬਤ ਅਤੇ ਅਮਨ ਦੋਹਾਂ ਨੂੰ ਜਾਨੋਂ ਮਾਰ ਦਿੱਤਾ ਏ। ਮੈਂ ਕੀ ਦੱਸਾਂ ਤੈਨੂੰ ਬਾਬਾ। ਇਹ ਸੀ ਪ੍ਰੋਗਰਾਮ ਸੁੱਚੀਆਂ ਗੱਲਾਂ, ਅਤੇ ਇਹਦੇ ਨਾਲ ਹੀ ਆਪਣੇ ਮੇਜ਼ਬਾਨ ਸਰਦਾਰ ਹੈਦਰ ਅਲੀ ਨੂੰ ਦਵੋ ਇਜਾਜ਼ਤ, ਅਤੇ ਇੱਕ ਛੋਟਾ ਜਿਹਾ ਮੈਸੇਜ ਏ ਕਿ ਯਾਦ ਰੱਖਿਓ ਪੰਜਾਬੀਓ, ਆਪਣਾ ਅਤੇ ਆਪਣਿਆਂ ਦਾ ਬਹੁਤ ਜ਼ਿਆਦਾ ਖਿਆਲ ਰੱਖਿਓ ਕਰੋ, ਇਹੀ ਮੁਹੱਬਤ ਏ, ਇਹੀ ਸਾਡੇ ਵਿਰਸੇ 'ਚ ਸਾਨੂੰ ਮਿਲਿਆ, ਅਤੇ ਆਪਣਾ ਖਿਆਲ ਰੱਖਿਓ, ਅੱਲਾ ਨਿਗਹਿਬਾਨ।